ਪਿੰਡ ਦੇ ਵਿੱਚ 3 ਦਿਨਾਂ ਤੋਂ ਲਗਾਤਾਰ ਦਰਦ ਹੋ ਰਹੀ ਸੀ। ਕੱਲ ਵੀ ਬਹੁਤ ਪਰੇਸ਼ਾਨ ਸੀ ਦਰਦ ਦੀ ਵਜ੍ਹਾ ਦੇ ਨਾਲ। ਦੱਸ ਰਹੇ ਨੇ ਕਿ ਜਦੋਂ ਰਾਤ ਨੂੰ ਦੁਆ ਕਰਾਈ ਪਰਮੇਸ਼ਵਰ ਦਾਸ ਦੇ ਕੋਲੋਂ, ਉਸ ਤੋਂ ਬਾਅਦ ਮੈਂ ਬਿਲਕੁਲ ਦਰਦ ਤੋਂ ਹੁਣ ਠੀਕ ਹੈ। ਪਰਮੇਸ਼ਵਰ ਦੇ ਲਈ ਇਸ ਗੱਲ ਦੇ ਲਈ ਚੰਗਾਈ ਕਰਕੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ।